गुरु नानक नाम चढ़दी कला तेरे भाणे सरबत दा भला। रोगी का प्रभ खंडो रोग, दुखिए का मटावो प्रभ सोग। दे मां वाकां अनुसार धन गुरु अर्जन दे महाराज सतगुरु सच्चे पातशाह बड़ी अपार कृपा करदा वा। जो ड्यूटी सतगुरु सच्चे पातशाह सेवा लेंदे आ। ते अज फिर एक भाई साहब जी आए आ जिन्हां दी रीढ़ दी हड्डी दे मणके हिले ही, डिस्कां हिलियां ही, बहुत ज़्यादा प्रॉब्लम ही। ते उह साडे कोल आए आ, पहलां भी आए, उह दो वार पहलां आ चुके आ। ते बिल्कुल ही उन्हां दा बाकी लक जिहड़ा वा ही कीता वा। ते बाकी तुसीं उन्हां दी जबानी सुणो, ते नाल उह आप जी दे लड़के नूं वी अज लै के आए आ। उन्हां दे वी लड़के दे वी लक विच दर्द हुंदी ही, ते नाल उन्हां दी नूंह राणी वी आई आ, ते उन्हां दे वी लक विच प्रॉब्लम ही। ते अज सारा परिवार आया वा। ते बाकी संगत जी कोई भी इत्थे पैसा नहीं लिया जांदा, बिल्कुल इह चीज़ दा फ्री इलाज कीता जांदा वा। बाकी इन्हां दे कोलों परिवार दे कोलों सुनो की दसदे तुहानूं। वाहिगुरू जी का खालसा ते वाहिगुरू जी की फतेह जी। मेरे लक नूं प्रॉब्लम बहुत आई सी। मैं नराले साढ़े लागे पिंड आ जी, उत्थे तीन वारी दिखाया, चार वारी दिखाया, बस दिहाड़ी एक कढ़दा, दवाई खा छड़ नहीं, नशे दी जिदा दी छड़दा, उन्ना ग्राम रहिंदा इह। फिर भाजी उन्हां दी दस पई मैनूं इत्थे जी नागो घराट, ते उत्थों मैं इत्थे आया। ते मुड़ के मैं तीन वारी आया, ते मेरा लक आया नंबर 9 आ जी। ਇਹ ਹੁਣ ਨਾ ਜੀ, ਮੈਂ ਆਪਣੇ ਲੜਕਾ ਵੀ ਲੈ ਕੇ ਆਇਆ, ਲੜਕੀ ਵੀ ਨਾਲ ਨੂੰਹ ਲੈ ਕੇ ਆਇਆ। ਇਹਨਾਂ ਦੀ ਲੱਕ ਦੀ ਪ੍ਰੋਬਲਮ ਆ ਰਹੀ ਸੀ, ਫਰੀ ਇਲਾਜ ਕਰਨ ਦੇ ਜੀ, ਕੋਈ ਪੈਸਾ ਨਹੀਂ ਲੈਣ ਦੇ ਜੀ। ਸੰਗਤ ਸੀ ਪਿਆ ਜਿਹੜਾ ਲੈਂਦਾ, ਉਹਦੇ ਕੋਲ ਆਰਾਮ ਨਹੀਂ ਹੁੰਦਾ, ਜਿਹੜਾ ਫਰੀ ਇਲਾਜ ਕਰਦਾ ਇਲਾਜ ਵੀ ਕਰਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਤਾਂ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰੋ, ਬਿਲਕੁਲ ਹੀ ਕੋਈ ਪੈਸਾ ਨਹੀਂ ਲਿਆ ਜਾਂਦਾ ਇਸ ਚੀਜ਼ ਦਾ, ਬਿਲਕੁਲ ਫਰੀ ਇਲਾਜ ਆ। ਜਿੰਨਾ ਵੀ ਕਿਸੇ ਨੂੰ, ਵੀਰ ਨੂੰ, ਭੈਣ ਨੂੰ, ਬਜ਼ੁਰਗ ਨੂੰ, ਕਿਸੇ ਮਾਤਾ ਨੂੰ, ਕਿਸੇ ਨੂੰ ਵੀ ਲੱਕ ਦੀ, ਰੀੜ੍ਹ ਦੀ, ਹੱਡੀ ਦੀ ਪ੍ਰੋਬਲਮ ਹੋਵੇ, ਇਹਨਾਂ ਨੂੰ ਵੀ ਵੀਰ ਜੀ ਉਹਨਾਂ ਨੂੰ ਪੁੱਛੋ। ਇਹਨਾਂ ਨੇ ਬੈਲਟ ਵੀ ਲਾਈ ਸੀ, ਉਸੇ ਦੇਣੀ ਇਹਨਾਂ ਦੀ ਪਹਿਲੇ ਦੇਣੀ ਜਿਹੜੀ ਬੈਲਟ ਲੱਗੀ ਸੀ, ਉਹ ਬੈਲਟ ਲਾ ਕੇ ਇੱਥੇ ਇਹਨਾਂ ਨੇ ਉਸੇ ਵੇਲੇ ਲਾ ਕੇ, ਉਸ ਤੋਂ ਬਾਅਦ ਕੋਈ ਬੈਲਟ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਬੈਲਟ ਲਾਉਣ ਦੇ ਨਾਲ ਸਗੋਂ ਮਣਕੇ ਜਾਮ ਹੋ ਸਕਦੇ ਆ, ਅਤੇ ਬਾਅਦ ਦੇ ਵਿੱਚ ਪੱਕਾ ਹੀ ਉਹ ਲੱਕ ਜਿਹੜਾ ਵਾ ਥਾਂ ਥਾਂ ਝੁਕਣ ਦੀ ਪ੍ਰੋਬਲਮ ਹੋ ਜੂਗੀ, ਆਕੜ ਜੂਗਾ ਲੱਕ। ਇਹ ਦੱਸਿਓ ਵੀਰ ਜੀ, ਬੈਲਟ ਵੀ ਤੁਸੀਂ ਲਾਉਂਦੇ ਸੀ ਕਿ ਨਹੀਂ? ਹਾਂ, ਉਹਦੇ ਬੈਲਟ ਲੱਗੀ ਰਹੀ, ਮੇਰੇ ਬੈਲਟ ਲਵਾਈ ਸੀ, ਉਦੋਂ ਤੋਂ ਮੈਂ ਬੈਲਟ ਨਹੀਂ ਵਾਪਸ ਲਾਈ, ਮੁੜ ਕੇ ਕਦੀ ਨਹੀਂ ਲਾਈ ਜੀ। ਹਾਂਜੀ, ਇਹ ਵੇਖੋ ਬੈਲਟ ਵੀ ਕੋਈ ਜ਼ਰੂਰਤ ਨਹੀਂ। ਅੱਜ ਬਹੁਤ ਲੋਕ ਮੈਂ ਵੇਖੇ ਆ ਸੜਕਾਂ 'ਤੇ ਲੰਘਦੇ ਵੀ ਆਉਂਦੇ ਜਾਂਦੇ ਵੇਖੀਦਾ ਵਾ, ਕਈਆਂ ਭੈਣਾਂ ਨੇ, ਵੀਰਾਂ ਨੇ, ਬਹੁਤ ਸਾਰਿਆਂ ਨੇ ਬੈਲਟ ਲਾਈ ਹੁੰਦੀ ਆ, ਕਿ ਬੈਲਟ ਦਾ ਸਹਾਰਾ ਜਿਵੇਂ ਕੋਈ ਛੱਤ ਟੁੱਟਦਾ। ਪੁਰਾਣੇ ਸਮਿਆਂ ਦੇ ਵਿੱਚ ਲੋਕ ਜਿਹੜੇ ਸੀ ਉੱਤੇ ਛਤੀਰੀਆਂ ਪਾਉਂਦੇ ਸੀ, ਕੱਚੀਆਂ ਛੱਤਾਂ ਹੁੰਦੀਆਂ ਸੀ, ਅਤੇ ਉਹਦੀ ਜਦੋਂ ਕਿਤੇ ਛਤੀਰੀ ਟੁੱਟ ਜਾਣੀ ਤਾਂ ਉਹਦੇ ਥੱਲੇ ਥੰਮੀ ਦੇ ਦੇਣੀ। ਇਸ ਤਰ੍ਹਾਂ ਜਿਹੜੀ ਬੈਲਟ ਲਾਉਣੀ ਆ, ਉਹ ਇੱਕ ਥੰਮੀ ਦੇ ਕੇ ਅਤੇ ਕੁਝ ਸਮਾਂ ਉਹਨੂੰ ਖਿਲਾਰਨ ਦਾ ਯਤਨ ਕੀਤਾ ਜਾਂਦਾ ਵਾ। ਇਸੇ ਤਰ੍ਹਾਂ ਉਹ ਬੈਲਟ ਆ ਜਿਵੇਂ ਥੰਮੀ ਵਾਲਾ ਹੀ ਕੰਮ ਉਹ ਕਰਦੀ ਆ, ਕੋਈ ਪੱਕਾ ਇਲਾਜ ਨਹੀਂ ਆ, ਸਹਾਰਾ ਦੇ ਕੇ ਟਾਈਮ ਪਾਸ ਕਰਨ ਵਾਲਾ ਕੰਮ ਹੁੰਦਾ ਵਾ। ਸੋ ਵੀਰਿਓ, ਬਿਲਕੁਲ ਹੀ ਇਹ ਸੇਵਾ ਫਰੀ ਆ, ਜਿਹੜੀ ਤੁਹਾਨੂੰ ਪਤਾ ਨਿਰਮਲ ਆਯੁਰਵੈਦਿਕ ਕਲੀਨਿਕ ਨਾਗੋ ਕੇ ਮੋੜ, ਅਤੇ ਵੈਦ ਕਰਮਜੀਤ ਸਿੰਘ ਮੇਰਾ ਨਾਮ ਆ। ਜਿਨ੍ਹਾਂ ਨੂੰ ਵੀ ਕਿਸੇ ਨੂੰ ਇਸ ਚੀਜ਼ ਦੀ ਪ੍ਰੋਬਲਮ ਹੋਵੇ, ਉਹ ਫੋਨ ਕਰਕੇ, ਸੰਪਰਕ ਕਰਕੇ ਆ ਸਕਦੇ ਆ। ਅਤੇ ਵੀਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਸਬਸਕ੍ਰਾਈਬ ਕਰ ਲਿਓ, ਘੰਟੀ ਵਾਲਾ ਬਟਨ ਦਬਾ ਦਿਓ। ਅਤੇ ਵੀਰਿਓ, ਆਓ ਫਤਿਹ ਬੁਲਾਈਏ। ਜੋ ਚੰਗਾ ਲੱਗਦਾ ਹੁੰਦਾ ਉਹ ਆਪਦੀ ਝੋਲੀ ਵਿੱਚ ਪਾ ਲਿਆ ਕਰੋ, ਜੋ ਨਹੀਂ ਚੰਗਾ ਲੱਗਦਾ ਹੁੰਦਾ ਉਹ ਦਾਸ ਦੀ ਝੋਲੀ 'ਚ ਪਾ ਕੇ ਕਹਿ ਦਿਆ ਕਰੋ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।